जलंधर लोक सभा जिमनी चोन दे लई वोटिंग जारी है, जिस दे मद्देनजर प्रशासन दे वलो जिथे पुख्ता प्रबंध किए गए ने, सुरक्षा दे इंतजाम किए गए ने, तो उत्थे प्रशासन दे वलो लोकां दी मदद दे लई वॉलंटियर भी नियुक्त किए गए ने। स्कूली बच्चे वोट पाउण च बजुर्गों की मदद कर रहे हैं। फिलौर विधानसभा हलका है जिथे बूथां ते चोण मित्र यानी स्कूली बच्चे वोटर्स की वोट पाउण च मदद कर रहे हैं, तो उत्थे वोट पाउण पहुंचे लोग अपने मुद्दे भी गिना रहे हैं। ਬਜ਼ੁਰਗ ਆਦਮੀ ਆ ਹੈ ਨਾ, ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਧਰ ਵੋਟ ਪਾਉਣੀ ਹੈ, ਸੋ ਉਹਨਾਂ ਦੀ ਹੈਲਪ ਕਰਨੀ ਹੈ। ਫਿਰ ਕਿਸੇ ਨੂੰ, ਕਿਸੇ ਬਜ਼ੁਰਗ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਆ, ਸੋ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਅਗਰ ਪਾਣੀ ਪਿਆਸ ਲੱਗਦੀ ਹੈ ਕਿਸੇ ਨੂੰ ਤਾਂ ਅਸੀਂ ਉਹਨਾਂ ਦੀ ਹੈਲਪ ਕਰਾਂਗੇ। ਦੇਖੋ, ਰੇਲਵੇ ਫਾਟਕ ਦਾ ਹੈ, ਬੱਸ ਸਟੈਂਡ ਦਾ ਹੈ, ਹੋਸਪਿਟਲ ਦਾ ਹੈ, ਜਿਹਦੇ 'ਚ ਸਟਾਫ ਨਹੀਂ ਹੈ। ਸਟਾਫ ਦੀ ਕਮੀ ਜ਼ਰੂਰ ਪੂਰੀ ਕੀਤੀ ਜਾਵੇ। ਜਿਹੜੇ ਵੀ ਹੈ ਫਾਟਕ ਦਾ ਜ਼ਰੂਰ ਪ੍ਰਬੰਧ ਹੋਣਾ ਚਾਹੀਦਾ। ਫਾਟਕ ਦੇਖੋ ਸਾਡੇ ਨਾ, ਕਈ ਵਾਰੀ ਉਹਦਾ ਤਾਂ ਘੰਟਾ ਬੰਦ ਰਹਿੰਦਾ। ਟ੍ਰੇਨਾਂ ਬਹੁਤ ਜ਼ਿਆਦਾ ਗਏ, ਤਿੰਨ ਸਾਈਡ 'ਤੇ ਜਾ ਰਹੀਆਂ, ਪਠਾਨਕੋਟ, ਜੰਮੂ ਹੋ ਗਿਆ, ਲੋਹੀਆਂ ਵਾਲੀ ਹੋ ਗਈ, ਮੇਨ ਲਾਈਨ ਹੋ ਗਈ ਅੰਮ੍ਰਿਤਸਰ ਦੀ, ਅਤੇ ਇਹਨਾਂ ਦੇ ਵਿੱਚ ਦੇਖੋ ਸਮੱਸਿਆ ਤਾਂ ਹੈ। ਮੇਨ ਮੁੱਦਾ ਜਿਹੜਾ ਹੈ ਨਾ, ਬੱਸ ਸਟੈਂਡ ਦਾ ਸਾਡਾ ਮੇਨ ਮੁੱਦਾ ਫੜਦਾ ਹੈ। ਅਤੇ ਫੜਦ ਦਾ ਜਿਹੜਾ ਮਸਲਾ ਹੈ, ਜਿਹੜਾ ਵੀ MP ਚੁਣ ਕੇ ਜਾਵੇ, ਕਿਸੇ ਵੀ ਪਾਰਟੀ ਚੁਣ ਕੇ ਜਾਵੇ, ਇਹ ਮੁੱਦੇ ਜ਼ਰੂਰ ਉਠਾਉਣ, ਕਿਉਂਕਿ ਇੱਕ ਚੀਜ਼ ਨੂੰ ਬਣਾਉਣ ਲਈ ਟਾਈਮ ਤਾਂ ਲੱਗਣਾ। ਕਾਸ ਹੋਵੇ ਸ਼ਹਿਰ ਦਾ, ਸ਼ਹਿਰ ਦੇ ਵਿੱਚ ਜੋ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਹੋਇਆ ਨੇ, ਕਈ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਅਜੇ ਤੱਕ ਸ਼ਹਿਰ ਨੂੰ ਬੰਦਾ ਨੂੰ ਜ਼ਰੂਰਤ ਹੈਗੀ ਆ। ਜਿਹੜੇ ਸ਼ਹਿਰ ਦਾ ਇੱਕ ਫਲਾਈਓਵਰ ਪੁਲ ਹੈਗੇ ਆ, ਇਹ ਕੁਝ ਬਣੇ ਹੀ ਨਹੀਂ, ਇੰਨੇ ਸਾਲਾਂ ਤੋਂ ਬਣੇ ਨਹੀਂ ਹੋ ਰਹੇ। ਅਸੀਂ ਚਾਹੁੰਦੇ ਹਾਂ ਵੀ ਉਹ ਚੀਜ਼ ਬਣੇ, ਵੀ ਆਮ ਜਨਤਾ ਜਿਹੜੀ ਸਾਡੀ ਆ, ਆਲੇ ਦੁਆਲੇ ਪਿੰਡਾਂ ਵਾਲੇ ਲੋਕ ਸ਼ਹਿਰ ਦੇ ਵਿੱਚ ਆਸਾਨੀ ਨਾਲ ਐਂਟਰ ਕਰ ਸਕਣ। ਸਾਡਾ ਰੇਲਵੇ ਫਾਟਕ ਬਹੁਤ ਪ੍ਰੋਬਲਮ ਦੇ ਰਿਹਾ ਇੱਥੇ ਸਾਨੂੰ, ਅਤੇ ਉਸ ਚੀਜ਼ ਦੇ ਮੁੱਦੇ ਨੂੰ ਲੈ ਕੇ ਵੀ ਦੇਖਾਂਗੇ ਹੁਣ ਅਗਲਾ ਬੰਦਾ ਸਾਡਾ ਕੈਂਡੀਡੇਟ ਆ ਕੇ ਸਾਡੇ ਲਈ ਕੋਈ ਨਵਾਂ ਕੰਮ ਕਰ ਸਕੇ ਅਤੇ ਅਸੀਂ ਅੱਗੇ ਵਧ ਸਕੀਏ। ਜੇ ਦਾ ਪ੍ਰਬੰਧ ਕੀ ਹੋਣੀ ਹੈ, ਸਾਡੇ ਤੋਂ ਤੁਰ ਹੁੰਦਾ ਨਹੀਂ, ਆਪੇ ਦੇ ਹਾਲਤ ਦੇਖ ਲਓ ਸਾਡੀ ਕੀ ਹੈ। ਪਰ ਤੁਹਾਡੇ ਜੋ ਪੈਸ਼ਨ ਹੈ, ਜਜ਼ਬਾ ਹੈ ਵੋਟ ਪਾਉਣ ਨੂੰ ਲੈ ਕੇ, ਤੁਸੀਂ ਇੱਕ ਸਜਗ ਵੋਟਰ ਹੋ, ਇਸ ਤੋਂ ਖੜੀ ਲੋਕਾਂ ਦੀਆਂ ਗੱਡੀਆਂ ਅੰਦਰ ਖੜੀਆਂ, ਹਲੇ ਵੀ ਅੰਦਰ ਕਰਦੇ, ਮੈਂ ਇੱਥੇ ਬਹਿ ਜਾਂਦਾ। ABP ਸੌਂਚਾ, ਜੋਸ਼, ਜਜ਼ਬਾ, ਜਨੂੰਨ।